ਬਣਾ ਕੇ ਦਿੰਦਾ। ਇਹ ਹੈਗਾ ਜੀ ਮਾਤਾ ਜੀ ਦਾ ਮੇਨ ਮੰਦਿਰ ਕਾਂਗੜਾ ਜੀ ਦਾ। ਵੀਰੇ ਹੁਣ ਟਿੱਕੀਆਂ ਖਾਧੀਆਂ, ਪਹਿਲੇ ਟਿੱਕੀਆਂ ਖਾਣ ਤੋਂ ਬਾਅਦ ਮਾਮਾ ਸਾਡਾ ਹੈਗਾ ਚਟੋਰਾ, ਕੀ ਖਾਣਾ ਹੈ? ਜਲੇਬੀ। ਜਲੇਬੀ ਖਾਣੀ ਹੈ ਤੇ ਬਈ ਤਾੜੀ ਵਜਾ ਲੋ, ਜੈ ਮਾਤਾ ਦੀ, ਉੱਚੀ ਬੋਲੋ, ਜੈ ਮਾਤਾ ਦੀ, ਬਈ ਨੱਚ ਨੱਚ ਕੇ, ਜੈ ਮਾਤਾ ਦੀ, ਬਈ ਗਾ ਗਾ ਕੇ, ਜੈ ਮਾਤਾ ਦੀ, ਬਈ ਭੰਗੜੇ। ਚਲੋ ਹਲਾ, ਮੈਂ ਵਲੌਗ ਬਣਾਈ ਨਾ ਵੀਰੇ, ਵਾਪਸੀ ਆਉਂਦੇ ਹੋਏ ਘਰ ਦੇ ਕਹਿੰਦੇ ਵੀ ਮੱਥਾ ਟੇਕਣਾ ਕਾਂਗੜਾ ਜੀ ਨਗਰ ਕੋਟ, ਅਤੇ ਅਸੀਂ ਹੁਣ ਅੱਜ ਮੱਥਾ ਟੇਕ ਰਹੇ ਹਾਂ ਕਾਂਗੜਾ ਮਾਤਾ ਦੇ। ਆਹ ਮੱਥਾ ਟੇਕ ਕੇ, ਆਹ ਮੰਦਰ ਹੈ ਬੈਕ ਸਾਈਡ, ਜੈ ਮਾਤਾ ਦੀ। ਕਰ ਲਓ ਭਾਈ ਦਰਸ਼ਨ ਚਮੁੰਡਾ ਮਾਤਾ ਕੇ, ਸੋਰੀ ਚਮੁੰਡਾ ਨਹੀਂ, ਚਮੁੰਡਾ ਬੋਲ ਰਹਾ ਹੂੰ, ਕਾਂਗੜਾ ਜੀ। ਇਹ ਦੇਖੋ ਸਾਰਾ ਮੰਦਿਰ ਬਣਾ ਹੋਇਆ ਭਾਈ ਕਾਂਗੜਾ ਜੀ। ਜੋ ਮਤਲਬ ਕੁਛ ਲੋਕ ਇਸ ਮਤਲਬ ਇਸ ਮੰਦਿਰ ਕੋ ਨਗਰ ਕੋਟ ਕੇ ਨਾਮ ਸੇ ਵੀ ਜਾਣਦੇ ਹੋਗੇ, ਨਗਰ ਕੋਟ ਮਾਤਾ ਕਾ ਮੰਦਿਰ, ਔਰ ਹਮਾਰੇ ਪੰਜਾਬ ਮੇਂ ਇਸਕੋ ਹਮ ਜ਼ਿਆਦਾਤਰ ਕਾਂਗੜਾ ਜੀ ਕੇ ਨਾਮ ਸੇ ਜਾਣਦੇ ਹੈ, ਤੋ ਜੀ ਇਹ ਕਾਂਗੜਾ ਜੀ ਕਾ ਮੰਦਿਰ। ਕਰ ਲਓ ਭਾਈ ਦਰਸ਼ਨ ਕਾਂਗੜਾ ਮਾਤਾ ਜੀ ਕੇ। ਚਲੋ ਆਇਓ, ਆ ਗਿਆ ਮਜ਼ਾ ਮੱਥਾ ਟੇਕ ਕੇ। ਚਲੋ ਜੈ ਮਾਤਾ ਦੀ, ਇਹ ਹੈਗਾ ਜੀ ਮਾਤਾ ਜੀ ਦਾ ਮੇਨ ਮੰਦਿਰ ਕਾਂਗੜਾ ਜੀ ਦਾ। ਇਹ ਮੇਨ ਮੰਦਿਰ ਹੈ, ਰਿਕਾਰਡਿੰਗ ਬੰਦ ਕਰ। ਸਰਦੀਆਂ ਕਰਕੇ ਕਰਾਊਡ ਘੱਟ ਹੈ ਥੋੜ੍ਹਾ ਜਿਹਾ, ਪਰ ਆ ਹਾ ਹਾ ਹਾ, ਜੈ ਭੋਲੇ ਜੈ ਭੋਲੇ, ਜੈ ਸ਼ੰਕਰ ਕੀ, ਜੈ ਸ਼੍ਰੀ ਰਾਮ। ਮੇਰੇ ਕਾਂਗੜਾ ਜੀ ਮੱਥਾ ਟੇਕ ਕੇ ਵਾਪਸੀ, ਹੁਣ ਅਸੀਂ ਨਿਕਲਾਂਗੇ ਬਠਿੰਡੇ ਲਈ, ਗੱਡੀ ਖਿੱਚਾਂਗੇ ਹੁਣ, ਅਤੇ ਸੋਚਿਆ ਵੀ ਚਲੋ ਇੱਕ ਵਾਰੀ ਜਾਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੱਥਾ ਟੇਕਾ ਦਈਏ ਕਾਂਗੜਾ ਜੀ ਦਾ। ਬਾਜ਼ਾਰ ਹੈ, ਬਾਜ਼ਾਰ ਸੱਜਿਆ ਹੋਇਆ ਸਾਰਾ, ਆਲਮੋਸਟ ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਬਾਜ਼ਾਰ ਸੱਜਿਆ ਹੋਇਆ ਸਾਰਾ, ਤੁਸੀਂ ਦੇਖ ਸਕਦੇ ਹੋ ਦੂਰ ਤੱਕ ਨਿਗਾਹ ਮਾਰ ਕੇ ਦੇਖੋ, ਸਾਰਾ ਬਾਜ਼ਾਰ ਸੱਜਿਆ ਹੋਇਆ। ਅਤੇ ਮੈਂ ਕਿਹਾ ਚਲੋ ਆਪਣੇ ਭਰਾਵਾਂ ਨੂੰ ਦਰਸ਼ਨ ਕਰਾ ਦਈਏ, ਮਾਂ ਮਾਈ ਦੇ ਇੱਥੇ ਘਰ ਬੈਠੀ, ਵੀ ਜਿਨ੍ਹਾਂ ਦੇ ਕਰਮਾਂ 'ਚ ਹੈਗਾ ਉਹ ਦਰਸ਼ਨ ਕਰ ਲੈਣਗੇ ਮਹਾਮਾਈ ਦੇ। ਮੈਂ ਕਿਹਾ ਚਲੋ ਯਾਰ ਦਰਸ਼ਨ ਕਰਾ ਦਈਏ, ਅਤੇ ਜਿਹਨਾਂ ਜਿਹਨਾਂ ਨੇ ਹੁਣ ਜੋ ਵੀ ਮੰਗਣਾ ਉਹ ਆਪਣਾ ਮੱਥਾ ਟੇਕੋ, ਵਲੌਗ 'ਚ ਆਪਾਂ ਪਾ ਤਾ, ਦਰਬਾਰ ਸਾਰਾ ਦਿਖਾ ਤਾ, ਅਤੇ ਮਹਾਮਾਈ ਨੂੰ ਅਰਦਾਸ ਦਿਓ ਆਪਣੀ ਜੋ ਵੀ ਹੈ, ਅਤੇ ਮਹਾਮਾਈ ਤੁਹਾਡੀ ਮਨੋਕਾਮਨਾ ਪੂਰੀ ਕਰੂਗੀ ਕਾਂਗੜਾ ਜੀ ਮਾਤਾ ਦੀ। ਹੁਣ ਇੱਥੋਂ ਨਿਕਲਾਂਗੇ ਬਾਹਰ ਨੂੰ, ਬਾਹਰ ਨਿਕਲ ਕੇ ਅਤੇ ਫਿਰ ਆਪਾਂ ਹੁਣ ਜਾਵਾਂਗੇ ਅੱਗੇ ਸਿੱਧਾ ਆਪਣੇ ਮੰਜ਼ਿਲ 'ਤੇ। ਬਈ ਬਾਜ਼ਾਰ ਬਹੁਤ ਸੋਹਣਾ ਲੱਗ ਰਿਹਾ, ਪੂਰਾ ਬਾਜ਼ਾਰ ਸਜਿਆ ਹੋਇਆ, ਬਹੁਤ ਸੋਹਣਾ ਲੱਗ ਰਿਹਾ ਬਾਜ਼ਾਰ ਸਾਰਾ, ਇੱਧਰ ਵੀ ਦੇਖ ਲਓ ਉੱਧਰ ਵੀ ਦੇਖ ਲਓ, ਦੋਨਾਂ ਪਾਸੇ ਦੇਖੋ ਸਾਰਾ ਬਾਜ਼ਾਰ ਬਹੁਤ ਸਜਿਆ, ਪੂਰਾ ਪ੍ਰੋਪਰ ਬਾਜ਼ਾਰ ਸਜਿਆ। ਵੀਰੇ ਹੁਣ ਟਿੱਕੀਆਂ ਖਾਧੀਆਂ, ਪਹਿਲੇ ਟਿੱਕੀਆਂ ਖਾਣ ਤੋਂ ਬਾਅਦ ਮਾਮਾ ਸਾਡਾ ਹੈਗਾ ਚਟੋਰਾ, ਕੀ ਖਾਣਾ? ਜਲੇਬੀ। ਜਲੇਬੀ ਖਾਣੀ ਹੈ, ਅਤੇ ਟਿੱਕੀ ਕਿਵੇਂ ਸੀਗੀ? ਬਹੁਤ ਵਧੀਆ। ਅਗਰ ਹੁਣ ਜਲੇਬੀ ਖਾਣੀ ਹੈ, ਮਾਮਾ ਕਹਿੰਦਾ ਜਲੇਬੀ ਖਾਣੀ ਆ, ਵੀ ਸ਼ੌਂਕ ਬੰਦਾ ਸ਼ੌਂਕੀ ਆ ਸਾਰ, ਇਹ ਖਾਣ ਪੀਣ ਦਾ ਸ਼ੌਂਕੀ ਹੈ ਪੂਰਾ, ਜੋ ਮਰਜ਼ੀ ਖਾਈ ਚੱਲੇ, ਆਹ ਵੀ ਖਾਣਾ ਹੈ ਉਹ ਵੀ ਖਾਣਾ ਹੈ, ਹਰ ਚੀਜ਼ ਦਾ ਸ਼ੌਂਕੀ ਬੰਦਾ ਹੈ ਨਾ। ਜੈ ਮਾਤਾ ਦੀ ਭਗਤੋਂ, ਕਾਂਗੜਾ ਜੀ ਮੱਥਾ ਟੇਕ ਕੇ ਮਾਮਾ ਕਹਿੰਦਾ ਯਾਰ ਮਨ ਨਹੀਂ ਰੱਜਿਆ ਹਜੇ, ਕਹਿੰਦਾ ਇੱਕ ਜਗ੍ਹਾ ਹੋਰ ਜਾਣਾ। ਮੈਂ ਕਿੱਥੇ? ਕਹਿੰਦਾ ਜਵਾਲਾ ਜੀ। ਜੈ ਮਾਤਾ ਜੀ। ਅਤੇ
ਸਾਡੇ ਵਾਪਸੀ ਰਸਤੇ ਰੂਟ 'ਚ ਪੈ ਰਿਹਾ ਸੀਗਾ। ਹੁਣ ਅਸੀਂ ਜਵਾਲਾ ਜੀ ਵੀ ਮੱਥਾ ਟੇਕ ਕੇ ਜਾਵਾਂਗੇ, ਉਸ ਤੋਂ ਬਾਅਦ ਅੱਗੇ ਚਿੰਤਪੁਰਨੀ ਵੀ ਮੱਥਾ ਟੇਕ ਕੇ ਜਾਵਾਂਗੇ। ਹੁਣ ਵਾਪਸੀ ਦਾ ਸਾਨੂੰ ਕੋਈ ਪਲੈਨ ਨਹੀਂ, ਜਦੋਂ ਮਰਜ਼ੀ ਪਹੁੰਚ ਜਾਈਏ ਘਰੇ, ਕੋਈ ਚੱਕਰ ਨਹੀਂ ਹੈ। ਕਿਹੜੇ ਮਾਮਾ? ਹਾਂ ਮਾਮਾ, ਇਹ ਤੁਹਾਡੇ ਯਾਰ ਘੱਲ ਹੈ, ਤੁਹਾਡੇ ਮਤਲਬ ਅੰਡਰ ਆ ਕੇ ਆਪਾਂ ਅੱਜ ਇਕੱਠੀਆਂ ਤਿੰਨ ਚਾਰ ਮਾਤਾ ਦਰਸ਼ਨ ਕਰ ਰਹੇ ਹਾਂ, ਤਾਂ ਕਦੇ ਨਹੀਂ ਐਵੇਂ ਹੋਇਆ ਕਿ ਅਸੀਂ ਤਿੰਨ ਚਾਰ ਜਗ੍ਹਾ ਇਕੱਠੀਆਂ ਜਾ ਸਕੀਏ। ਮਾਂ ਦੀ ਕਿਰਪਾ ਹੈ ਜੋ ਅਸੀਂ ਸਾਰੇ ਇਕੱਠੇ ਪਰਿਵਾਰ ਦੇ ਨਾਲ ਅਸੀਂ ਗਏ ਅਤੇ ਕੋਈ ਹੋਰ ਕੰਮ ਸੀ, ਔਰ ਨਾਲੇ ਮਾਤਾ ਦੇ ਸਾਰੀ ਮਾਤਾ ਦੇ ਦਰਸ਼ਨ ਕਰ ਰਹੇ ਹਾਂ। ਇਹ ਮਾਤਾ ਦਾ ਆਸ਼ੀਰਵਾਦ ਹੈ, ਇਸ ਕਰਕੇ ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ। ਅਤੇ ਹੁਣ ਤੁਹਾਨੂੰ ਅੰਦਰ ਦਰਸ਼ਨ ਕਰਵਾਵਾਂਗੇ ਵੀਰੇ, ਜਿੰਨਾ ਪੋਸੀਬਲ ਹੋ ਸਕਿਆ, ਠੀਕ ਹੈ? ਚਲੋ ਮਿਲਦੇ ਹਾਂ ਅੰਦਰ। ਲਓ ਜੀ ਭਗਤੋਂ, ਪਹੁੰਚ ਗਏ ਆਪਾਂ ਜਵਾਲਾ ਜੀ ਦੇ ਐਂਟਰੀ ਗੇਟ 'ਤੇ। ਆ ਲੱਗੀ ਸਕਰੀਨ ਅਤੇ ਉਹ ਸਾਹਮਣੇ ਪੌੜੀਆਂ, ਠੀਕ ਹੈ? ਬਾਕੀ ਹੁਣ ਸਾਨੂੰ ਅੰਦਰ ਜਾ ਕੇ ਦਰਸ਼ਨ ਕਰਵਾਵਾਂਗੇ ਮਹਾਮਾਈ ਦੇ। ਵੀਰੇ ਇੱਥੇ ਸ਼ੋਪ ਬਣੀਆਂ ਹੋਈਆਂ, ਤੁਸੀਂ ਕਿਸੇ ਵੀ ਸ਼ੋਪ ਤੋਂ ਪ੍ਰਸ਼ਾਦ ਲੈ ਕੇ ਇੱਥੇ ਬੂਟ ਰੱਖ ਸਕਦੇ ਹੋ। ਇੱਥੇ ਬੋਕਸ ਬਣੇ ਹੋਏ ਆ, ਇੱਥੇ ਬੋਕਸ ਅਤੇ ਬੂਟ ਰੱਖ ਕੇ ਤੁਸੀਂ ਹੁਣ ਆਪਣਾ ਮੱਥਾ ਟੇਕਣ ਜਾਓ, ਅਤੇ ਅੰਤ ਪ੍ਰਸ਼ਾਦ ਲੈ ਕੇ ਅੱਗੇ ਆਪਾਂ ਚੱਲਦੇ ਹਾਂ ਅੰਦਰ ਮੰਦਰ। ਲਓ ਵੀਰੇ ਕਰੋ ਦਰਸ਼ਨ ਜਵਾਲਾਮੁਖੀ ਮੰਦਰ ਦੇ। ਐਂਟਰੀ ਹੋ ਗਈ ਆਪਣੀ, ਆਇਓ ਤੁਹਾਨੂੰ ਅੰਦਰ ਮੱਥਾ ਟਿਕਾਉਂਦੇ ਹਾਂ। ਵੀਰੇ ਦਰਸ਼ਨ ਕਰ ਲਓ ਜਵਾਲਾਮੁਖੀ ਮਾਂ ਮਾਂ ਆਪਣਾ ਜਵਾਲਾ ਜੀ ਦੇ ਦਰਸ਼ਨ ਕਰ ਲਓ ਸਾਰੇ। ਜੈ ਮਾਤਾ ਦੀ, ਜੈ ਮਾਤਾ ਦੀ, ਜੈ ਬਦਰੰਗ। ਜਿੰਨਾ ਕੁ ਵੀਰੇ ਪੋਸੀਬਲ ਹੋ ਰਿਹਾ ਉਨਾ ਕੁ ਦਿਖਾ ਪਾ ਰਿਹਾ, ਕਿਉਂਕਿ ਅਲਾਊਡ ਨਹੀਂ ਹੈ ਅੱਗੇ ਕੈਮਰਾ। ਆਹ ਦੇਖੋ, ਜੈ ਜਵਾਲਾ ਜੀ। ਲੋ ਵੀਰੇ ਦਰਸ਼ਨ ਕਰ ਲਓ ਮਹਾਮਾਈ ਦੇ, ਜੈ ਮਾਤਾ ਦੀ। ਜਿੰਨੇ ਕੁ ਦਰਸ਼ਨ ਹੋ ਸਕਦੇ ਆ ਉਨੇ ਕਰਵਾ ਸਕਦਾ ਮੈਂ। ਕਰੋ ਵੀਰੇ ਦਰਸ਼ਨ, ਇਹ ਅਗਨੀਕੁੰਡ ਸਵਾਦ ਦੇ ਦਰਸ਼ਨ ਕਰੋ ਜਿਹੜਾ ਇੱਥੇ ਬਣਿਆ ਹੋਇਆ। ਜਲਦੀ ਦਰਸ਼ਨ ਕਰਿਓ, ਜਲਦੀ ਦਰਸ਼ਨ ਕਰਿਓ, ਜਲਦੀ 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 ਬਈ। ਦਰਸ਼ਨ ਅਸੀਂ ਕਰ ਲਏ, ਠੰਡ ਬਹੁਤ ਜ਼ਿਆਦਾ ਅਤੇ ਹੁਣ ਅਸੀਂ ਇੱਥੋਂ ਰਹੇ ਹਾਂ ਨਿਕਲ, ਕਿਉਂਕਿ ਮੈਂ ਅੰਦਰ ਥੋੜ੍ਹੀ ਜਿਹੀ ਵੀਡੀਓ ਬਣਾ ਰਿਹਾ ਸੀ ਅਤੇ ਮੈਨੂੰ ਉੱਥੇ ਬਜ਼ਾਰੀ ਨੇ ਮਨਾ ਕਰਤਾ ਕਿ ਐਵੇਂ ਵੀਡੀਓ ਨਾ ਬਣਾਓ, ਇਸ ਕਰਕੇ ਮੈਨੂੰ ਬੰਦ ਕਰਨੀ ਪਈ ਵੀਡੀਓ। ਲੇਕਿਨ ਮੈਂ ਕੋਸ਼ਿਸ਼ ਕਰਦਾ ਕਿ ਮਤਲਬ ਇੰਨੀ ਕੀ ਵੀ ਦਿਖਾ ਸਕਿਆ ਤੁਹਾਨੂੰ ਦਿਖਾਈ, ਅਤੇ ਆਹ ਸਾਰਾ ਮਤਲਬ ਰਾਤ ਦਾ ਨਜ਼ਾਰਾ ਮੰਦਰ ਦਾ, ਦੇਖ ਲਓ ਵੀਰੇ, ਦੇਖ ਲਓ। ਜੈ ਮਾਂ ਜਵਾਲਾ ਜੀ। ਰਾਤ ਨੂੰ ਨਜ਼ਾਰਾ ਬਹੁਤ ਵੱਖਰਾ ਦੇਖਣ ਦਾ, ਅਤੇ ਦੇਖੋ ਨਜ਼ਾਰਾ। ਅਤੇ ਹੁਣ ਅਸੀਂ ਇੱਥੋਂ ਨਿਕਲ ਰਹੇ ਹਾਂ, ਉਸ ਤੋਂ ਬਾਅਦ ਨੈਕਸਟ ਆਪਾਂ ਉੱਥੇ ਜਾਵਾਂਗੇ ਚਿੰਤਪੁਰਨੀ। ਚਿੰਤਪੁਰਨੀ ਤੋਂ ਬਾਅਦ ਫਿਰ ਮੱਥਾ ਟੇਕਣ ਤੋਂ ਬਾਅਦ ਸਿੱਧਾ ਆਪਾਂ ਨਿਕਲਾਂਗੇ ਆਪਣੀ ਡੈਸਟੀਨੇਸ਼ਨ 'ਤੇ, ਜਿਹੜੀ ਕਿ ਆਪਣਾ ਹੈਗਾ ਸਿਟੀ, ਆਪਣਾ ਸ਼ਹਿਰ, ਆਪਣਾ ਬਠਿੰਡਾ। ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਪਹੁੰਚ ਸਕਦੀ, ਲੇਕਿਨ 5 ਵਜੇ, 6 ਵਜੇ ਜਾਂ 7-8 ਕੋਈ ਐਡਾ ਉਹ ਨਹੀਂ ਹੈਗਾ, ਟਾਈਮ ਨਾਲ ਜਾਵਾਂਗੇ, ਰਾਤ ਦਾ ਟਾਈਮ ਹੈ, ਅਤੇ ਇਸ ਕਰਕੇ ਆਪਣਾ ਆਰਾਮ ਲਈ ਜਾਵਾਂਗੇ। ਹੁਣ ਇਦੋਂ ਬਾਅਦ ਆ ਜਾਓ ਜਲਦੀ। ਅਤੇ ਮਤਲਬ ਇੱਕ ਚੀਜ਼ ਯਾਰ ਸੋਚਣ ਵਾਲੀ ਹੈ ਕਿ ਹੈ ਨਾ, ਮਤਲਬ ਆਪਾਂ ਇੱਕ ਨੋਰਮਲ ਗਏ ਸੀਗੇ, ਕਹਿਣ ਦਾ ਮਤਲਬ ਇੱਕ ਪਾਪਾ ਦਾ ਇਲਾਜ ਕਰਾਉਣ, ਵੀ ਉਹਨਾਂ ਦੀ ਦਵਾਈ ਲੈਣ, ਪਰ ਉਸ ਤੋਂ ਬਾਅਦ ਦੇਖੋ ਵੀ ਮੇਰਾ ਪਹਿਲੇ ਬਹੁਤ ਬਿਲਕੁਲ ਮੂਡ ਨਹੀਂ ਸੀਗਾ ਕਿ ਮੈਂ ਵਲੌਗ ਸ਼ੂਟ ਕਰਾਂ, ਲੇਕਿਨ ਫਿਰ ਮੈਂ ਸੋਚਿਆ ਚਲੋ ਯਾਰ ਜਿਹੜੀ ਉਹ ਉੱਥੇ ਦਿਖਾਉਂਦੇ ਆ ਦਵਾਈ ਦਿੰਦੇ ਆ, ਹੈ ਨਾ, ਉਹ ਬਹੁਤ ਚੰਗੀ ਚੀਜ਼ ਹੈ, ਕੁਛ ਲੋਕਾਂ ਨੂੰ ਹੈਲਪ ਮਿਲੂਗੀ ਉਹਦੇ ਨਾਲ, ਕਿ ਜਿਹੜੇ ਮਤਲਬ ਜਿਹਨਾਂ ਨੂੰ ਜਵਾਬ ਮਿਲ ਜਾਂਦਾ ਉੱਥੋਂ, ਉਹ ਫਿਰ ਉੱਥੇ ਮਗਲੋੜਗੰਜ ਜਾ ਕੇ ਆਪਣਾ ਇਲਾਜ ਕਰਾ ਸਕਦੇ ਆ ਯਾਰ। ਇਸ ਕਰਕੇ ਮੈਂ ਵਲੌਗ ਸੋਚਿਆ ਸੀ ਬਣਾਉਣ ਦਾ। ਫਿਰ ਅੱਗੇ ਅੱਗੇ ਆਪਾਂ ਨੂੰ ਬੁਲਾਵਾ ਆ ਗਿਆ, ਕਾਂਗੜਾ ਜੀ ਮੱਥਾ ਟੇਕ ਲਿਆ,
ਚਿੰਤਪੂਰਨੀ ਮੱਥਾ ਟੇਕ ਲਿਆ ਅਤੇ ਹੁਣ ਆਪਾਂ ਜਾ ਰਹੇ ਹਾਂ ਸੋਰੀ ਜਵਾਲਾ ਜੀ ਮੱਥਾ ਟੇਕ ਲਿਆ ਹੁਣ ਆਪਾਂ ਜਾ ਰਹੇ ਅੱਗੇ ਚਿੰਤਪੂਰਨੀ ਅਤੇ ਹੁਣ ਟੇਕਾਂਗੇ ਚਿੰਤਪੂਰਨੀ ਮੱਥਾ ਉਸ ਤੋਂ ਬਾਅਦ ਫਿਰ ਆਪਾਂ ਨਿਕਲਾਂਗੇ ਅੱਗੇ ਆਪਣੇ ਘਰ ਨੂੰ ਚਲੋ ਹੁਣ ਅੱਗੇ ਸ਼ੂਟ ਕਰਦੇ ਹਾਂ ਬਾਅਦ 'ਚ।